तो ज़्यादा समय नहीं लूँगी, पर इतना जरूर पूछना चाहूँगी, जदों तुसी क्रिकेट खेलते सी, बैटिंग करते सी, कभी हैट्रिक मारे है या फिर तुसी रिकॉर्ड बनाया हुआ अपने स्कूल या कॉलेज टाइम दे विच? मतलब जो छोटे बच्चे लैवल तो ही वधिया, मतलब चौके छिके वधिया मारे, लंबे लंबे मारते होंदे जो छोटे छोटे होंदे सीगे, ते उदों मुड़ के जदों खेडदे खेडदे होर भी कज़न छोटे छोटे जो भी बोल तो बाद बड़े बड़े उन्हां दे नेड़ कार टुटे, फिर जदों वड्डा हुंदा बंदा तो जवाक थोड़ी जी वध जाण हुंदी होगी, उदों मारे आ जी खाधे भी है 6 छक्के मैं नाल दे पिंड बॉलिंग करदे, हाँ जी 100% खाधे है जी, 6 मारे मैनू लफा लफा के, एक बिंगा जिहा प्लेयर सी और किधरों आया करे किहड़े पिंडों लै के आया उहने, उह मोहरे वलेटिया ना मैनू मार मार छक्के इन्ने करता, गुस्सा किन्ना चढ़िया सी उस वेले, तू बंदा करता भी की हुण, मैच भी हार गए फिर अप्रोच कर रहे ਹੈ ਇਸ ਚੀਜ਼ ਦੇ ਵਿੱਚ, ਬੜੀ ਮਿਹਨਤ ਕਰਕੇ ਭਾਜੀ ਤੱਕ ਪਹੁੰਚੇ ਹੈ, ਸਾਡੇ ਲਈ ਰਾਹ ਖੋਲਿਆ, ਸਿਖਾਲਾ ਹੋ ਗਿਆ, ਦਲਜੀਤ ਭਾਜੀ ਨੇ ਸਾਡੇ ਕੰਪੈਰੇਟਿਵ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੀ ਇਹਨਾਂ ਚੀਜ਼ਾਂ 'ਚ, ਅਤੇ ਮਤਲਬ ਸਟਰੋਂਗ ਟੀਮ ਨਾਲ ਪੇਸ਼ ਹੋਇਆ ਉੱਥੇ, ਉਹ ਤਾਂ ਗੇਮ ਮਤਲਬ ਰੀਪ੍ਰਜੈਂਟ ਕਰ ਰਿਹਾ ਸਾਨੂੰ, ਅਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਉਸ ਚੀਜ਼ ਨੂੰ ਸੇਮ ਲੈਵਲ 'ਤੇ ਰੱਖੀਏ, ਵੀ ਅਸੀਂ ਉਹਨਾਂ ਤੋਂ ਵੱਧ ਮਿਹਨਤ ਕਰਨ ਦੀ ਟਰਾਈ ਕਰੀਏ, ਬਾਕੀ ਅਕਾਲ ਪੁਰਖ ਦੇ ਹੱਥ ਹੈ ਵੀ ਮਤਲਬ ਡਾਵਾਡੋਲ ਨਾ ਹੁੰਦੀ ਇਹ ਕੰਮ ਜਿਹੜੀ ਉਹਨਾਂ ਨੇ ਜਿਸ ਤੱਕ ਸਾਨੂੰ ਮਤਲਬ ਪੇਸ਼ਕਾਰੀ ਦਿੱਤੀ ਹੈ, ਸਾਡੀ ਸਾਡਾ ਹੱਕ ਬਣਦਾ ਵੀ ਅਸੀਂ ਉਨੀ ਮਿਹਨਤ ਕਰਕੇ ਭਾਈ ਦੇ ਨਾਲ ਮੋਢਾ ਨਾਲ ਮੋਢਾ ਜੁੜ ਕੇ ਸਾਥ ਦਈਏ ਇਸ ਚੀਜ਼ ਦਾ। ਜੀ ਜਾਂਦੇ ਹੁੰਦੇ ਇਹ ਜ਼ਰੂਰ ਪੁੱਛਣਾ ਚਾਹੂੰਗੀ ਕਿਉਂਕਿ ਤੁਸੀਂ ਆਪ ਇੱਕ ਆਰਟਿਸਟ ਹੋ, ਤੁਸੀਂ ਸਿੰਗਰ ਹੋ, ਤੁਸੀਂ ਕੀ ਇਸ ਫਿਲਮ ਦੇ ਵਿੱਚ ਕੋਈ ਗਾਣਾ ਇੱਦਾਂ ਗਾਇਆ ਜੋ ਟੁਕਦਾ ਹੋਵੇ ਸਿਚੁਏਸ਼ਨ ਨੂੰ? ਨਹੀਂ 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 ਇਹ ਜੀ ਬਾਇਓ ਪਿਕ ਹੈ, ਇਹਦੇ ਵਿੱਚ ਤੁਹਾਨੂੰ ਜ਼ਿਆਦਾ ਗਾਣੇ ਨਹੀਂ ਸੁਣਨ ਨੂੰ ਮਿਲਣਗੇ, ਇੱਕ ਦੋ ਮੋਟੀਵੇਸ਼ਨਲ ਇਨਸਪੀਰੇਸ਼ਨਲ ਗਾਣੇ ਹੋਣਗੇ ਜਿਹੜੇ ਥਰੂਆਊਟ ਫਿਲਮ ਦੇ ਵਿੱਚ ਐਸ ਅ ਥੀਮ ਚੱਲਣਗੇ, ਆਈ ਥਿੰਕ ਸੋ। ਬਾਕੀ ਮੈਂ ਤੁਹਾਡੇ ਅਰਗੇ ਹੀ ਮੈਂ ਵੇਖਣੀ ਆ, 2-2.5 ਸਾਲ ਹੋ ਗਏ ਫਿਲਮ ਬਈ ਹੋਈ ਪਈ ਹੈ, ਮੈਂ ਤੇ ਆਪ ਨਹੀਂ ਵੇਖੀ। ਅੱਛਾ 2-2.5 ਸਾਲ ਹੋ ਗਏ, ਤੁਹਾਨੂੰ ਖੁਦ ਨੂੰ ਹੁੰਦਾ ਸੀ ਯਾਰ ਰਿਲੀਜ਼ ਹੋਵੇ, ਰਿਲੀਜ਼ ਹੋਵੇ, ਇੰਨੀ ਮਿਹਨਤ ਕੀਤੀ ਹੈ ਇਸ ਤੇ ਵੀ? ਹਾਂਜੀ ਉਦੋਂ ਹੀ ਐਂ ਸੀਗਾ ਵੀ ਹੋਣੀ ਹੈ ਜੇ, ਮਤਲਬ ਦੇਖੋ ਤੁਸੀਂ 11 ਮਾਰਚ ਨੂੰ ਇਹਦਾ ਟ੍ਰੇਲਰ ਰਿਲੀਜ਼ ਹੋਣਾ ਸੀ, 13 ਮਾਰਚ ਨੂੰ ਲੋਕਡਾਊਨ ਹੋ ਗਿਆ, ਮਤਲਬ ਕੈਂਸਲ ਹੋ ਗਿਆ ਸਾਰੀਆਂ ਚੀਜ਼ਾਂ, ਥੀਏਟਰਸ ਬੰਦ ਹੀ ਚਨ ਐਵਰੀਥਿੰਗ, ਤੇ ਉਹਨਾਂ ਨੇ ਹੋਲਡ ਕਰ ਲਿਆ ਟ੍ਰੇਲਰ, ਲੱਕੀਲੀ ਹੋਲਡ ਕਰ ਲਿਆ, ਨਹੀਂ ਜਦੋਂ ਟ੍ਰੇਲਰ ਪਿਆ ਰਵੇ ਨਾ ਫਿਰ ਮਤਲਬ ਕਰੈਸਿਟੀ 'ਚ ਰਹਿੰਦੀ ਨਹੀਂ, ਹੁਣ ਵੀ ਮੈਂ ਤਾਂ ਮਲਕ ਕੇ ਅਰਦਾਸ ਕਰਦਾ, ਸਾਊਥ ਅਫਰੀਕਾ ਵਾਲਾ ਪਤਾ ਨਹੀਂ, ਸਾਊਥ ਅਫਰੀਕਾ ਵਾਲਾ ਕਹਿੰਦੇ ਪਤਾ ਨਹੀਂ ਵਿਚਾਰਿਆਂ ਦਾ ਨਾਂ ਹੀ ਲਾਈ ਜਾਂਦੇ, ਇੱਕ ਹੋਰ ਆਇਆ ਕਹਿੰਦੇ ਵਾਇਰਸ ਵੂਰਸ 'ਚ, ਉਹ ਸ਼੍ਰੀ ਖਰ ਮਾਤੜਾਂ ਦਾ ਵਿਚਾਰਿਆਂ ਦਾ ਨਾਂ ਲਾਉਂਦੇ, ਬਣਾਇਆ ਤਾਂ ਕਿਸੇ ਹੋਰ ਨੇ ਹੋਣਾ, ਅਤੇ ਉਹਨਾਂ ਦਾ ਵਿਚਾਰਿਆਂ ਦਾ ਨਾਂ ਲਾਈ ਜਾਂਦੇ ਆ, ਅਤੇ ਉਹ ਨਾ ਚੱਲ ਪਏ ਕਿਤੇ, ਇੱਕ ਹੋਰ ਨਵਾਂ ਆਇਆ, ਬਾਕੀ ਤੁਸੀਂ ਧਿਆਨ ਰੱਖੋ ਜੀ ਸੇਫ ਰਹੋ, ਚੰਡੀਗੜ੍ਹ ਵੀ ਕੋਈ ਆਇਆ ਮੇਰੇ ਕੋਲ ਕੇਸ ਸਕੂਲ 'ਚ, ਬਾਕੀ ਪਾਪਾ ਤਾਂ ਪਹਿਲਾਂ ਵੀ ਨਹੀਂ ਮੰਨਿਆ ਆਇਆ, ਐਤਕੀ ਫਿਰ ਨਹੀਂ ਮੰਨਣਾ ਮੈਨੂੰ ਲੱਗਦਾ, ਅਸੀਂ ਤਾਂ ਮੰਨਦੇ ਨਹੀਂ ਵੀ ਕਰੋਨਾ ਕੋਈ ਹੈ, ਅਤੇ ਪਰ ਬੀ ਸੇਫ ਪਲੀਜ਼। ਜੀ ਥੈਂਕ ਯੂ ਸੋ ਮਚ ਐਮੀ, ਤੁਹਾਨੂੰ ਸਾਨੂੰ ਸਮਾਂ ਦੇਣ ਦੇ ਲਈ, ਸਾਡੇ ਵਿਊਜ਼ ਨੂੰ ਜਾਣਦੇ ਆਂਦੇ ਕੀ ਕਹਿਣਾ ਚਾਹੋਗੇ 83 ਦੇ ਲਈ? ਬਾਈ ਉਹ ਬੇਨਤੀ ਹੈ ਵੀ ਵੇਖੋ ਜਾ ਕੇ ਫਿਲਮ, ਮੈਂ ਯੂਜੁਅਲ ਪਹਿਲਾਂ ਵੀ ਤੁਹਾਨੂੰ ਇਹ ਕਹਿੰਦਾ ਹੁੰਦਾ ਵੀ ਸ਼ੁੱਕਰਵਾਰ ਚਲੇ ਜਾਓ ਜੇ ਕਿਸੇ ਦਾ ਸਮਾਂ ਲੱਗਦਾ, ਵੇਖ ਆਇਓ ਆਪਦੇ ਨੂੰ, ਦੱਸ ਦਿਓ ਕਿਵੇਂ ਦੀ ਲੱਗੀ, ਫਿਰ ਉਹ ਸ਼ਨੀਵਾਰ ਵੇਖ ਆਉਣਗੇ, ਜਦੋਂ ਟਾਈਮ ਲੱਗਦਾ ਤੁਸੀਂ ਜਾ ਕੇ ਦੇਖਿਓ, ਤੁਹਾਨੂੰ ਚੰਗੀ ਲੱਗੂਗੀ ਫਿਲਮ। ਥੈਂਕ ਯੂ ਸੋ ਮਚ ਫੋਰ ਗਿਵਿੰਗ ਅਸ ਯੋਰ ਟਾਈਮ ਮੈਮ, ਜਿੰਦਾਬਾਦ ਜੀ। ਸੋ ਇਹਦੇ ਸਾਡੇ ਨਾਲ ਐਮੀ ਵਿਰਕ ਔਰ ਫਿਲਮ 83 ਜਿਹੜੀ ਹੈ 24 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ, ਤੁਸੀਂ ਵੀ ਜ਼ਰੂਰ ਜਾ ਕੇ ਦੇਖਿਓ ਫਿਲਮ 83। ਥੈਂਕ ਯੂ ਸੋ ਮਚ। ਮੇਰੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।